ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਾਨਵਤਾ ਦੇ ਬਗੀਚੇ ਵਿੱਚ ਇੱਕ ਐਸਾ ਫੁੱਲ ਨੇ ਜਿਸ ਨਾਲ ਸਾਰਾ ਬਗੀਚਾ ਸ਼ਿੰਗਾਰੇ ਬਗੀਚੇ ਦੀ ਰੌਣਕ ਬਣ ਗਏ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਆਮਦ ਬਾਰੇ ਇੰਜ ਲਿਖਿਆ ਹੈ, ਉਪਜ ਤੋਂ ਬਾਅਦ ਜੈਸੇ ਸਾਵਣ ਦੇ ਜਦ ਪਾਪਾਂ ਦੀ ਤਪਸ਼ ਵੱਧ ਜਾਏ ਤਾਂ ਫਿਰ ਅਕਾਲ ਪੁਰਖ ਰਹਿਮਤ ਦੇ ਘਰ ਵਿੱਚ ਆ ਕੇ ਗਿਆਨ ਦੀ ਵਰਸ਼ਾ ਕਰਦਾ ਹੈ, ਸ਼ਾਂਤੀ ਦੀ ਵਰਸ਼ਾ ਕਰਦਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਆਗਮਨ ਉਸ ਦੌਰ ਵਿੱਚ ਇਸ ਦੇਸ਼ ਦੇ ਅੰਦਰ ਹੋਇਆ ਹੈ ਜਦ ਸਾਰੇ ਦਾ ਸਾਰਾ ਦੇਸ਼ ਸਿਆਸੀ ਤਲ ਤੇ ਗੁਲਾਮੀ ਦੀ ਜ਼ੰਜੀਰਾਂ ਦੇ ਜਕੜਿਆ ਹੋਇਆ ਸੀ, ਆਰਥਿਕ ਤਲ ਤੇ ਬਿਲਕੁਲ ਕੰਗਾਲ, ਧਾਰਮਿਕ ਤਲ ਤੇ ਬਿਲਕੁਲ ਪਖੰਡੀ ਔਰ ਸਮਾਜਿਕ ਤਲ ਤੇ ਬਿਲਕੁਲ ਕਲ ਤੇ ਕਲੇਸ਼ ਦੀ ਜ਼ਿੰਦਗੀ ਬਤੀਤ ਕਰ ਰਿਹਾ ਸੀ। ਹਰ ਪੱਖੋਂ ਮਨੁੱਖ ਜਕੜਿਆ ਹੋਇਆ, ਪਕੜਿਆ ਹੋਇਆ, ਬਜਿਆ ਹੋਇਆ। ਸਮੇਂ ਦੇ ਗੁਜ਼ਰਨ ਦੇ ਨਾਲ ਇਹ ਜ਼ੰਜੀਰਾਂ ਬੋਝ ਬਣਦੀਆਂ ਗਈਆਂ ਔਰ ਇਨ੍ਹਾਂ ਹੀ ਜ਼ੰਜੀਰਾਂ ਤੋਂ ਬੋਝਲ ਹੋ ਕੇ ਜੀਵਾਂ ਨੇ ਫਰਿਆਦ ਕੀਤੀ। ਸੰਤ ਕਵੀ ਤੁਲਸੀ ਦਾ ਵੀ ਐਸਾ ਕਹਿਣਾ ਹੈ, ਜਬ ਜਬ ਹੋਏ ਧਰਮ ਕੀ ਹਾਨੀ, ਬਹੜੇ ਅਸੁਰ ਅਭੰ ਅਭਿਮਾਨੀ, ਤਬ ਤਬ ਵਿਵਦ ਧਰ ਪ੍ਰਭੂ ਸ਼ਰੀਰਾ, ਹਰੇ ਕਿਰਪਾ ਨਿਦ ਸੱਜਣ ਪੀਰਾ। ਬਾੜੇ ਅਸੁਰ ਅਧਮ ਅਭਿਮਾਨੀ, ਜਦ ਦੈਂਤ ਵੱਧ ਜਾਣ, ਅਸੁਰ ਵੱਧ ਜਾਣ, ਅਧਮ ਮਤ ਦੇ ਲੋਕੀ ਵੱਧ ਜਾਣ, ਬਾੜੇ ਅਸੁਰ ਅਧਮ ਅਭਿਮਾਨੀ, ਤਬ ਤਬ ਵਿਵਦ ਧਰ ਪ੍ਰਭੂ ਸ਼ਰੀਰਾ, ਹਰੇ ਕਿਰਪਾ ਨਿਧ ਸੱਜਣ ਪੀਰਾ। ਉਦੋਂ ਹੀ ਅਕਾਲ ਪੁਰਖ ਆਪਣੀਆਂ ਦੈਵੀ ਸ਼ਕਤੀਆਂ ਕਿਸੇ ਕਾਇਆ ਦੇ ਅੰਦਰ ਪਾ ਕੇ ਜਗਤ ਦਾ ਕਲਿਆਣ ਕਰਦਾ ਹੈ, ਜੀਵਾਂ ਦਾ ਉਧਾਰ ਕਰਦਾ ਹੈ। ਦਸਮ ਗ੍ਰੰਥ ਵਿੱਚ ਵੀ ਐਸੇ ਵਾਕ ਮਿਲਦੇ ਨੇ, ਜਬ ਜਬ ਹੋਏ ਅਰਿਸ਼ਟ ਅਪਾਰਾ, ਤਬ ਤਬ ਦੇਹ ਧਰਤ ਅਵਤਾਰਾ। ਜਦ ਅਰਿਸ਼ਟ ਪਣੇ ਨਾਲ, ਅਨਰਥ ਨਾਲ ਸਾਰੀ ਸ੍ਰਿਸ਼ਟੀ ਭਰ ਜਾਏ ਉਦੋਂ ਅਵਤਾਰਾਂ ਦਾ ਆਗਮਨ ਹੁੰਦਾ ਹੈ ਔਰ ਹੁੰਦਾ ਰਿਹਾ ਹੈ।